ਤੋਬਾ ਤੋਬਾ, ਦੇਖੋ ਕਿਵੇਂ ਮਹਿਲਾ ਨੂੰ ਧੱਕਾ ਮਾਰ ਕੇ ਲੈ ਗਿਆ ਚੇਨ। ਸੀਸੀਟੀਵੀ ਦੇ ਵਿੱਚ ਕੈਦ ਹੋ ਜਾਏ ਲੁਟੇਰਾ, ਆਪਣੇ ਸਾਥੀ ਲੁਟੇਰੇ ਦੇ ਨਾਲ ਆਉਂਦਾ ਏ। ਗਲੀ ਦੇ ਵਿੱਚ ਮਹਿਲਾ ਆਪਣੇ ਬੱਚੇ ਨੂੰ ਸਕੂਲ ਤੋਂ ਵਾਪਸ ਲੈ ਕੇ ਜਾ ਰਹੀ ਸੀ ਤਾਂ ਰਾਹ ਦੇ ਵਿੱਚ ਇਹ ਲੁਟੇਰਾ ਪਹਿਲਾਂ ਕਾਫੀ ਦੇਰ ਤੱਕ ਇਸਦਾ ਪਿੱਛਾ ਕਰਦਾ ਏ, ਕਿਉਂਕਿ ਮਹਿਲਾ ਨੇ ਗਲੇ ਦੇ ਵਿੱਚ ਚੈਨ ਪਾਈ ਹੋਈ ਸੀ। ਤਾਂ ਇਹ ਸਿੱਧਾ ਲੁਟੇਰਾ ਉਸ ਨੂੰ ਝਪੱਟਾ ਮਾਰਦਾ ਏ ਅਤੇ ਉਸਦੀ ਚੈਨ ਖੋ ਕੇ ਲੈ ਗਿਆ ਏ। ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਮੋਹਾਲੀ ਦੇ ਜ਼ੀਰਕਪੁਰ ਦੀਆਂ, ਜਿੱਥੇ ਸ਼ਿਵਾ ਇਨਕਲੇਵ ਦੇ ਵਿੱਚ ਇੱਕ ਔਰਤ ਦੀ ਚੈਨ ਖੋਈ ਗਈ ਹੈ। ਜੀ ਹਾਂ, ਸ਼ਿਵਾ ਇਨਕਲੇਵ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਜਿਸ ਦੀਆਂ, ਅਤੇ ਇੱਕ ਔਰਤ ਆਪਣੀ ਬੱਚੀ ਨੂੰ ਲੈ ਕੇ ਸਕੂਲ ਤੋਂ ਘਰ ਵਾਪਸ ਜਾ ਰਹੀ ਹੁੰਦੀ ਹੈ ਤਾਂ ਰਾਹ ਦੇ ਵਿੱਚ ਇਹ ਲੁਟੇਰਾ ਉਸ ਨੂੰ ਧੱਕਾ ਮਾਰ ਕੇ ਉਸਦੀ ਚੈਨ ਖੋ ਕੇ ਲੈ ਜਾਂਦਾ ਹੈ। ਦੱਸਦੀ ਹੈ ਕਿ ਜਿਵੇਂ ਹੀ ਇਹ ਉਸਦੀ ਚੇਨ 'ਤੇ ਝਪੱਟਾ ਮਾਰਦਾ ਹੈ ਤਾਂ ਮਹਿਲਾ ਦੇ ਵੱਲੋਂ ਇਸਦਾ ਮੂੰਹ ਨੋਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇਸਦਾ ਵਿਰੋਧ ਕੀਤਾ ਜਾਂਦਾ ਹੈ, ਪਰ ਇਹ ਲੁਟੇਰਾ ਧੱਕਾ ਮਾਰਦਾ ਹੈ ਮਹਿਲਾ ਨੂੰ। ਮਹਿਲਾ ਹੇਠਾਂ ਡਿੱਗ ਜਾਂਦੀ ਹੈ, ਜਿਸ ਤੋਂ ਬਾਅਦ ਇਹ ਚੈਨ ਖੋ ਕੇ ਫਰਾਰ ਹੋ ਗਿਆ ਲੁਟੇਰਾ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਮੋਹਾਲੀ ਦੇ ਜ਼ੀਰਕਪੁਰ ਦੀਆਂ, ਜਿੱਥੇ ਦਿਨ ਦਿਹਾੜੇ ਲੁੱਟ ਹੋਈ ਹੈ, ਇੱਕ ਮਹਿਲਾ ਦੀ ਚੇਨ ਲੁੱਟੀ ਗਈ ਹੈ। ਦੇਖ ਸਕਦੇ ਹੋ ਸੀਸੀਟੀਵੀ ਤਸਵੀਰਾਂ ਦੇ ਵਿੱਚ ਇਸ ਲੁਟੇਰੇ ਦਾ ਚਿਹਰਾ ਜਿਹੜਾ ਹੈ ਉਹ ਵੀ ਸਾਫ਼ ਸਾਫ਼ ਕੈਦ ਹੋਇਆ ਹੈ। ਮੋਟਰਸਾਈਕਲ ਦਾ ਨੰਬਰ ਵੀ ਆ ਰਿਹਾ ਹੈ ਅਤੇ ਮੋਟਰਸਾਈਕਲ 'ਤੇ ਬੈਠਾ ਜਿਹੜਾ ਦੂਜਾ ਸ਼ਖਸ ਹੈ ਉਹ ਵੀ ਸਾਫ਼ ਸਾਫ਼ ਦੇਖਿਆ ਜਾ ਸਕਦਾ ਹੈ। ਤਾਂ ਪੰਜਾਬ ਦੇ ਵਿੱਚ ਲੁੱਟ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਨੇ। ਤਸਵੀਰਾਂ ਵੀ ਦਿਖਾ ਰਹੇ ਹਾਂ ਤੁਹਾਨੂੰ, ਲਗਾਤਾਰ ਅੱਡ ਅੱਡ ਸ਼ਹਿਰਾਂ ਤੋਂ ਤਸਵੀਰਾਂ ਆਉਂਦੀਆਂ ਨੇ ਜਿੱਥੇ ਇਹ ਚੇਨ ਸਨੈਚਰ ਲਗਾਤਾਰ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਅਤੇ ਕੁਝ ਤਾਂ ਫੜੇ ਜਾਂਦੇ ਨੇ ਅਤੇ ਕੁਝ ਹਾਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਲੁਟੇਰੇ ਨੂੰ ਕਿੰਨੇ ਚਿਰ ਤੱਕ ਕਾਬੂ ਕਰ ਲੈਂਦੀ ਹੈ। ਪਰ ਉਹਨਾਂ ਚਿਰ ਦੇਖੋ ਇਹ ਤਸਵੀਰਾਂ ਤੁਸੀਂ ਜਿਹੜੀਆਂ ਜ਼ੀਰਕਪੁਰ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਸ਼ਿਵਾ ਇਨਕਲੇਵ ਦੇ ਵਿੱਚ ਇੱਕ ਮਹਿਲਾ ਦੀ ਚੈਨ ਖੋਈ ਗਈ ਹੈ। ਜੀ ਹਾਂ, ਮਹਿਲਾ ਆਪਣੇ ਬੱਚੇ ਨੂੰ ਸਕੂਲ ਤੋਂ ਲੈ ਕੇ ਘਰ ਵਾਪਸ ਪਰਤ ਰਹੀ ਸੀ ਤਾਂ ਇਹ ਲੁਟੇਰਾ ਉਸਦਾ ਪਿੱਛਾ ਕਰਦਾ ਹੈ। ਕਾਫੀ ਦੂਰ ਤੱਕ ਪਿੱਛਾ ਕਰਨ ਤੋਂ ਬਾਅਦ ਇਹ ਮੌਕਾ ਦੇਖਦਾ ਹੈ ਕਿ ਗਲੀ ਦੇ ਵਿੱਚ ਕੋਈ ਵੀ ਨਹੀਂ ਹੈ। ਦੇਖ ਸਕਦੇ ਹੋ ਗੱਡੀਆਂ ਖੜੀਆਂ ਨੇ ਲੋਕਾਂ ਦੀਆਂ, ਪਰ ਲੋਕ ਗਲੀ ਮਹੱਲੇ ਦੇ ਅੰਦਰ ਨੇ, ਬਾਹਰ ਕੋਈ ਵੀ ਨਹੀਂ ਹੈ ਜੋ ਇਸਦੀ ਮਦਦ ਕਰ ਸਕਦਾ। ਤਾਂ ਉਸਨੇ ਇਸ ਮੌਕੇ ਦਾ ਫਾਇਦਾ ਦੇਖਦੇ ਹੋਏ ਲੁਟੇਰੇ ਨੇ ਝਪੱਟਾ ਮਾਰਿਆ, ਚੇਨ ਖੋਈ। ਤਾਂ ਮਹਿਲਾ ਨੇ ਆਪਣੇ ਆਪ ਨੂੰ ਬਚਾਉਣ ਦੇ ਲਈ, ਚੇਨ ਨੂੰ ਬਚਾਉਣ ਦੇ ਲਈ ਇਸ ਲੁਟੇਰੇ ਦਾ ਵਿਰੋਧ ਕੀਤਾ ਤਾਂ ਇਸ ਲੁਟੇਰੇ ਨੇ ਉਸ ਨੂੰ ਧੱਕਾ ਮਾਰ ਕੇ ਹੇਠਾਂ ਸਿੱਟ ਦਿੱਤਾ ਅਤੇ ਚੇਨ ਖੋ ਕੇ ਫਰਾਰ ਹੋ ਗਿਆ ਹੈ।